ਲੈ ਕੇ ਸਵਾ ਸਵਾ ਲੱਖ ਦੇ ਸ਼ਾਲ ਤੁਰੇ ਫਿਰਦੇ ਹੋ ਤੁਸੀਂ, ਕੁਰਸੀ ਨਹੀਂ ਮਿਲਣੀ। ਗੱਲਾਂ ਸੋਨੇ ਦੇ ਬਿਸਕੁਟ ਸਮਗਲਿੰਗ ਤੱਕ ਜਾਣਗੀਆਂ। ਫਿਰ ਸਾਨੂੰ ਕਹਿੰਦੇ ਅਸੀਂ ਮਟੀਰੀਅਲ ਮੋਬਾਈਲ ਰਿਪੇਅਰ ਕਰਨ ਵਾਲੇ ਆ ਗਏ। ਮੈਂ 250 ਰੁਪਇਆ ਲੈ ਕੇ ਮੁਹੰਮਦ ਸਦੀਕ ਨਾਲ ਦਿਹਾੜੀ ਤੇ ਜਾਂਦਾ ਸੀ। ਆਪਣੀਆਂ ਆਪਣੀਆਂ ਸੀਟਾਂ ਤੇ ਬੈਠਣ ਸਾਰੇ ਮਾਨਯੋਗ ਮੈਂਬਰ ਆਪਣੇ ਵਸੀਮ ਸਾਹਿਬ, ਇੱਕ ਮਿੰਟ, ਮੰਤਰੀ ਜੀ ਬੈਠੋ, ਮੰਤਰੀ ਸਾਹਿਬਾਨ ਬੈਠਣ, ਚੀਮਾ ਜੀ ਬੈਠੋ, ਤੁਸੀਂ ਚੀਮਾ ਜੀ ਬੈਠੋ, ਤਾਲਾ ਬਾਹਰੋਂ ਨੀ ਲਾ ਰਹੇ, ਅੰਦਰੋਂ ਲਾ ਰਹੇ ਤਾਂ ਕਿ ਤੁਸੀਂ ਜਾਓ ਨਾ ਬੈਠੋ। ਤੁਹਾਡੀ ਹਿਸਟਰੀ ਹੈ, ਤੁਹਾਡੀ ਹਿਸਟਰੀ ਹੈ, ਤੁਸੀਂ ਜਾਣੇ ਹੋ ਰੋਜ਼ ਰੋਜ਼ ਵੱਜਦੇ ਹੋ, ਰੋਜ਼ ਵੱਜਦੇ। ਤਾਲਾ ਬੈਠੋ ਜੀ, ਤਾਲਾ ਅੰਦਰੋਂ ਲੱਗ ਰਿਹਾ ਤਾਂ ਕਿ ਵਿਪਕਸ਼ ਬੈਠਾ ਰਹੇ, ਲੋਕਤੰਤਰ ਨੂੰ ਬਚਾਈਏ। ਬੈਠੋ ਬੈਠੋ ਬੈਠੋ, ਹਰੇਕ ਨੂੰ ਤੂੰ ਤੂੰ ਲਗਾ ਕੇ ਤੁਸੀਂ ਵੱਡਿਆ ਗਏ, ਹਰੇਕ ਘਰਾਂ ਨੂੰ ਵੀ ਖਾਂਦਾ ਨਹੀਂ ਜਾਂਦੇ, ਇਹ ਗਰੀਬਾਂ ਦੇ ਘਰਾਂ ਚੋਂ ਆ ਗਏ, ਸਭ ਤੋਂ ਉੱਤੋਂ ਵੀ ਤੂੰ ਤੂੰ ਹੋ ਗਿਆ ਸਰ 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 ਤੂੰ ਤੂੰ ਤੋਂ ਬਿਨਾਂ ਗੱਲ ਨਹੀਂ ਕਰ ਰਿਹਾ ਕਿਸੇ ਨਾਲ। ਜੋ ਕੁਛ ਵੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ, ਜੋ ਕੁਛ ਵੀ ਚੇਅਰ ਦੀ ਇਜਾਜ਼ਤ ਤੋਂ ਬਿਨਾਂ ਬੋਲਿਆ ਗਿਆ ਰਿਕਾਰਡ ਨਾ ਕੀਤਾ ਜਾਵੇ। ਸਾਰੇ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸੀਟਾਂ ਤੇ ਬੈਠਣ ਔਰ ਹਾਊਸ ਦੀ ਕਾਰਵਾਈ। ਤੁਹਾਨੂੰ ਤਾਂ ਸਮਝਦੀ ਕੱਖ ਨੀ, ਉਹ ਪ੍ਰਧਾਨ ਜੀ ਉਹ ਤੁਹਾਨੂੰ ਤਾਂ ਸਮਝਦੀ ਕੱਖ ਨੀ, ਤੁਸੀਂ ਕਿਤੇ ਚੱਲੇ ਹੋ? ਕਹਿੰਦਾ ਮੈਂ ਇੱਥੇ ਕੌਣ ਹੁੰਦਾ ਪ੍ਰਧਾਨ? ਪਹਿਲਾਂ ਆਪਸ ਚ ਬਣਾਓ, ਬੈਠੋ ਬੈਠੋ ਲੈਣੇ ਨਾ ਬੈਠੋ, ਇਸ ਤੋਂ ਬਾਅਦ ਕਰ ਲੈਂਦੇ ਜੀ ਕਲਾ। ਤੁਸੀਂ ਤੁਸੀਂ ਬਿਲਕੁਲ ਨੀ ਬਹਿੰਦੇ, ਨਾ ਬੈਠੋ, ਕਲਾਸ ਦੇ ਵਿੱਚ ਨਲਾਇਕ ਬੱਚਿਆਂ ਨੂੰ ਖੜਾ ਕੀਤਾ ਜਾਂਦਾ। ਚਲੋ ਬੈਠੋ, ਖੜੇ ਰਹੋ ਖੜੇ ਰਹੋ, ਬੈਠੋ ਜੀ। ਲੋਕ ਇਹਨਾਂ ਨੂੰ ਜਿੰਦਾ ਲਾਉਣਗੇ ਇਹ ਯਾਦ ਰੱਖ ਲੈਣ, 13-0 ਹੋਊਗਾ ਪੰਜਾਬ ਚੋਂ, ਜਿੰਦਾ ਲੱਗੂਗਾ। ਇਹਦੋਂ ਪਹਿਲਾਂ 2022 ਚ ਜਿੰਦਾ ਲੱਗਿਆ, ਇਹ ਜਿੰਦੇ ਦੀ ਕੀਮਤ ਨੀ ਸਮਝ ਰਹੇ, ਇਹ ਜਿੰਦੇ ਦੀ ਕੀਮਤ ਨੀ ਸਮਝ ਰਹੇ। ਚਾਬੀ ਜਨਤਾ ਦੇ ਹੱਥ ਹੈ, ਚਾਬੀ ਜਨਤਾ ਦੇ ਹੱਥ ਹੈ ਮਿਸਟਰ ਬਾਜਵਾ। ਤੁਸੀਂ ਪ੍ਰਾਊਡ ਨਾ ਕਰੋ, ਤੁਸੀਂ ਹੰਕਾਰ ਕਰਦੇ ਹੋ, ਤੁਸੀਂ ਕਹਿੰਦੇ ਸਾਡਾ ਮਟੀਰੀਅਲ ਸਾਡਾ ਪਤਾ ਨੀ ਕੀ। ਆਪਾਂ ਹੁਣ ਡਿਸਕਸ਼ਨ ਨੂੰ ਅੱਗੇ ਤੋੜੀਏ ਜੀ, ਇਹ ਤੂੰ ਬੀਜੇਪੀ ਹੈ ਨੀ ਸੀਐਮ ਸਾਹਿਬ, ਉਹ ਤੁਹਾਡੇ ਵਾਲੇ ਸਾਰੇ, ਉਹ ਜਿੰਨਾ ਦੇ ਤੁਸੀਂ ਹੋਮ ਮਿਨਿਸਟਰ ਸੀ ਉਹ ਬੀਜੇਪੀ ਚ ਚਲੇ ਗਏ। ਮਾਨਯੋਗ ਮੁੱਖ ਮੰਤਰੀ ਸਾਹਿਬ ਚੇਅਰਮੈਨ ਐਡਰੈਸ ਕਰੋ ਜੀ। ਸ਼ਾਬਾਸ਼, ਸੁਨੀਲ ਜਾਖੜ ਤੁਹਾਡਾ ਪ੍ਰਧਾਨ ਬੀਜੇਪੀ ਚਲਾ ਗਿਆ, ਤੁਸੀਂ ਰਹਿਣ ਦੋ, ਮੁੜ ਜਾਓ ਮੁੜ ਜਾਓ, ਟਾਈਮ ਹੈ ਮੁੜ ਜਾਓ। ਸਾਰੇ ਮਾਨਯੋਗ ਮਿਸਟਰ ਬਾਜਵਾ, ਓ ਮਿਸਟਰ ਬਾਜਵਾ, ਹੈਲੋ ਮੁੱਖ ਮੰਤਰੀ ਕਰ ਇੱਧਰ, ਪੌਣੇ 2 ਵਜੇ ਅਰਲੀ ਮਾਰਨਿੰਗ ਮੈਂ ਕਿਸਾਨਾਂ ਦੇ ਨਾਲ ਬਹਿ ਕੇ ਸਰਕਾਰ ਦੀਆਂ ਮੀਟਿੰਗਾਂ ਕਰਾਉਂਦੇ ਰਹੇ ਹਾਂ। ਤੁਸੀਂ ਕਹਿੰਦੇ ਸੀ ਇਹ 8 ਵਜੇ ਤੋਂ ਬਾਅਦ ਇਹ ਮਿਲਦਾ ਨੀ, 2:45 ਤੁਸੀਂ ਕਿੱਥੇ ਸੀ? ਤੁਸੀਂ ਰਿਐਕਟ ਕਿਉਂ ਨੀ ਕੀਤਾ? ਤੁਸੀਂ ਸਵੇਰੇ 11 ਵਜੇ ਉੱਠਿਆ, ਤੁਹਾਨੂੰ ਕੀ ਪਤਾ ਗਰੀਬ ਕੀ ਹੁੰਦਾ, ਤੁਹਾਨੂੰ ਕੀ ਪਤਾ ਗਰੀਬੀ ਕੀ ਹੁੰਦੀ। ਐਡਰੈਸ ਕੀਤਾ ਜਾਵੇ ਅੱਜ ਫੁੱਟ ਪੁਆਉਣ ਵਾਲਾ ਇਹ ਬੰਦਾ, ਅੱਜ ਕਿਸਾਨ ਯਾਦ ਆ ਗਏ, ਉਦੋਂ ਕੈਪਟਨ ਦੇ ਘਰੇ ਜਾ ਕੇ ਤੜਕੇ ਲਾਉਂਦੇ ਸੀ ਮਟਨ ਨੂੰ,
ਉਹਦਾ ਕਿਸਾਨਾਂ ਨੂੰ ਚਿੱਠੀ ਲਿਖੀ ਨੀ ਕੋਈ 726 ਮਰਵਾ ਲੇ, 726 ਮਰ ਗਏ, ਸ਼ਰਧਾਂਜਲੀ ਦਿੱਤੀ ਜੋ 726 ਮਰੇ ਸੀ, ਲੈ ਕਿਉਂ ਨੀ ਦਿੱਤੀ? ਕੱਲੇ ਕੱਲਾ ਜਨਾਬ, ਤੁਹਾਡਾ ਪ੍ਰੋਟੋਕਾਲ, ਤੁਸੀਂ ਪ੍ਰੋਟੋਕਾਲਾਂ ਚੋਂ ਬਾਹਰ ਨਹੀਂ ਨਿਕਲਦੇ। ਸਬਸਕ੍ਰਾਈਬ ਕੀਜੀਏ ਹਮਾਰੇ ਚੈਨਲ ਕੋ, ਔਰ ਬੈਲ ਆਈਕਨ ਕੋ ਦਬਾਈਏ ਹਮਾਰੀ ਲੇਟੈਸਟ ਵੀਡੀਓ ਸਬਸੇ ਪਹਿਲੇ ਦੇਖਣੇ ਕੇ ਲੀਏ।